ਅਸਲਾਮ ਵਾਲੇਕਮ ਜੀ ਜੀ ਤਮਾਮ ਦੋਸਤਾਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਕਿ ਸਭ ਦੋਸਤ ਠੀਕ ਠਾਕ ਹੋਣਗੇ ਜੀ ਜੀ ਜਿਸ ਤਰ੍ਹਾਂ ਕੇ ਦੋਸਤ ਕਾਫੀ ਗੰਧਮ ਦੇ ਬਾਰੇ ਦੇ ਵਿੱਚ ਪੁੱਛਦੇ ਸੀਗੇ ਕਿ ਗੰਧਮ ਜਿਹੜੀ ਹੈ ਉਹਨੂੰ ਖਾਦ ਕਿਹੜੀ ਇਸਤੇਮਾਲ ਕੀਤੀ ਜਾਵੇ ਔਰ ਸਪਰੇ ਉਹਨੂੰ ਗੰਧ ਵਾਸਤੇ ਕਿਹੜਾ ਕੀਤਾ ਜਾਵੇ ਜੀ ਆਪਣੇ ਕੋਲ ਹੈ ਸਿਰਫ ਜੀ ਇੱਥੇ 4 ਏਕੜ ਜੀ 4 ਏਕੜ ਸਿਰਫ ਗੰਧਮ ਲਗਾਈ ਹੈ ਜੀ ਔਰ ਗੰਧਮ ਦੇ ਬਾਰੇ ਵਿੱਚ ਮੈਂ ਦੋਸਤਾਂ ਨਾਲ ਸ਼ੇਅਰ ਕਰਦਾ ਜਾਵਾਂ ਕਿ ਇਹ ਦੇਖ ਸਕਦੇ ਆ ਜੀ ਢੇਲ ਦੇ ਨਾਲ ਗੰਧਮ ਲਗਾਈ ਗਈ ਹੈ ਇਹ ਔਰ ਇਹਨੂੰ 50 ਕਿਜੀ ਜਿਹੜਾ ਹੈ ਸੀਡ ਉਹ ਇਹਦੇ ਵਿੱਚ ਇਸਤੇਮਾਲ ਕੀਤਾ ਗਿਆ ਵਾ ਔਰ ਉਹ ਹੈ ਸੀ ਸਹਿਦ ਸਹਿਦ ਸਿੰਚਾ 50 ਕਿਜੀ ਔਰ ਇਹਦੇ ਨਾਲ ਇੱਕ ਬੋਰੀ ਇਹਨੂੰ ਜੀਏਪੀ ਦੀ ਇਸਤੇਮਾਲ ਕੀਤੀ ਸੀ ਔਰ ਅੱਜ ਇਹਨੂੰ ਪਾਣੀ ਲੱਗੇ ਨੂੰ ਤਕਰੀਬਨ 6 ਤੋਂ 7 ਦਿਨ ਹੋ ਗਏ ਆ ਜੀ ਹੁਣ ਵੱੱਤੜ ਹਾਲਤ ਦੇ ਵਿੱਚ ਇਹਨੂੰ ਗੰਦ ਵਾਲਾ ਸਪਰੇਅ ਜਿਹੜਾ ਕਰਾਂਗੇ ਉਹ ਵੀ ਦੋਸਤਾਂ ਨਾਲ ਸ਼ੇਅਰ ਕਰਦੇ ਆ ਠੀਕ ਆ ਜੀ ਬਾਕੀ ਫਸਲ ਜਿਹੜੀ ਆ ਉਹ ਦੋਸਤ ਜਿਹੜੇ ਉਹ ਦੇਖ ਸਕਦੇ ਆ ਜੀ ਸਵੇਰ-ਸਵੇਰ ਦਾ ਟਾਈਮ ਆ ਜੀ ਹਲੇ ਤੇ ਬਾਕੀ ਕੋਸ਼ਿਸ਼ ਇਹ ਕੀਤੀ ਜਾਵੇ ਕਿ ਫਸਲ ਦੇ ਅੰਦਰ ਜਿਹੜਾ ਹੈ ਨਾ ਉਹ ਪਾਣੀ ਜਿਹੜਾ ਜਦੋਂ ਤੁਸੀਂ ਲਗਾਉਂਦਾ ਉਹ ਜ਼ਿਆਦਾ ਦੇ ਤੱਕ ਨਹੀਂ ਰੁਕਣਾ ਚਾਹੀਦਾ ਹੁਣ ਜਿਹੜਾ ਇਹਨੂੰ ਪਾਣੀ ਇੱਕ ਲਗਾਇਆ ਸੀ ਉਹਦੇ ਨਾਲ ਇੱਕ ਬੈਗ ਜਿਹੜਾ ਹੈ ਉਹ ਯੂਰੀਆ ਨਿਊਟਰਾਫੁੱਲ ਦਾ ਇਸਤੇਮਾਲ ਕੀਤਾ ਵਾ ਜੀਐਪੀ ਵੀ ਨਿਊਟਰਾਫੁੱਲ ਹੀ ਇਸਤੇਮਾਲ ਕੀਤੀ ਹੈ ਇਹਨੂੰ ਠੀਕ ਹੈ ਜੀ ਉਹਦੇ ਨੂੰ ਦੇਖ ਸਕਦੇ ਆ ਦੋਸਤ ਜਿਹੜੇ ਹੈ ਕਿ ਇੱਕ ਇੱਕ ਪੌਦਾ ਜਿਹੜਾ ਹੈ ਉਹਨੇ ਤਕਰੀਬਨ 3-3 ਤੋਂ 4-4 ਸ਼ਾਖਾ ਜੜੀਆਂ ਉਹ ਬਣਾ ਲਿਆ ਤਾਂ ਨਹੀਂ ਯਾਨੀ ਕਿ ਬਣ ਗਿਆ ਠੀਕ ਹੈ ਜੀ ਤੇ ਬਾਕੀ ਦੋਸਤਾਂ ਨਾਲ ਇਹ ਵੀ ਸ਼ੇਅਰ ਕਰਦੇ ਆ ਕਿ ਕਿਹੜਾ ਇਹਨੂੰ ਸਪਰੇਅ ਕਰਨਾ ਚਾਹੀਦਾ ਵਾ ਔਰ ਉੱਪਰ ਜਿਹੜਾ ਸਪਰੇਅ ਹੈ ਉਹ ਵੀ ਕਿਹੜੇ-ਕਿਹੜੇ ਕਰਨੇ ਚਾਹੀਦੇ ਇਹਨੂੰ ਉਹ ਦੋਸਤਾਂ ਨਾਲ ਸ਼ੇਅਰ ਕਰਾਂਗੇ ਔਰ ਫਸਲ ਜਿਹੜੀ ਹੈ ਇਹ ਇਹ 44 ਦਿਨ ਦੀ ਫਸਲ ਹੋਈ ਹੈ ਜੀ ਫਸਲ ਜਿਹੜੀ ਹੈ 44 ਦਿਨ ਦੀ ਹੈ ਜੀ ਤੇ ਬਾਕੀ ਦੋਸਤਾਂ ਦੇ ਨਾਲ ਸਪਰੇਅ ਵਗੈਰਾ ਜਿਹੜਾ ਹੈ ਜਾਂ ਖਾਦ ਕਿੰਨੀ ਇਹਨੂੰ ਇਸਤੇਮਾਲ ਕਰਨੀ ਆ ਔਰ ਕਿਸ-ਕਿਸੇ ਟਾਈਮ ਤੇ ਕਰਨੀ ਆ ਔਰ ਇਹਨੂੰ ਪਾਣੀ ਕਿੰਨੇ ਲਗਾਣੇ ਆ ਔਰ ਉੱਪਰ ਕਾਲਾ ਤੇਲਾ ਆ ਜਾਂਦਾ ਹੁੰਦਾ ਅਕਸਰ ਜਿਹੜੀਆਂ ਕੰਕਾਇਨ ਦੇ ਉੱਪਰ ਹੁੰਦੀਆਂ ਵਾ ਉਹਦੇ ਵਾਸਤੇ ਵੀ ਦੋਸਤਾਂ ਨਾਲ ਸ਼ੇਅਰ ਕਰਾਂਗੇ ਕਿ ਕਿਹੜਾ ਸਪਰੇਅ ਜਿਹੜਾ ਵਾ ਉਹ ਇਹਨੂੰ ਕਰਨਾ ਚਾਹੀਦਾ ਵਾ ਠੀਕ ਹੈ ਜੀ ਔਰ ਸਪਰੇਅ ਦੇ ਬਾਅਦ ਵਿੱਚ ਵੀ ਦੋਸਤਾਂ ਨੂੰ ਦੱਸਦੇ ਹਾਂ ਖਾਦ ਦੇ ਬਾਰੇ ਵਿੱਚ ਵੀ ਦੱਸਦੇ ਹਾਂ ਕਿ ਕਿਹੜੀ ਕਿਹੜੀ ਖਾਦ ਇਸਤੇਮਾਲ ਕੀਤੀ ਆ ਔਰ ਕਿੰਨੀ ਖਾਦ ਇਸਤੇਮਾਲ ਕਰਾਂਗੇ ਇਹਦੇ ਉੱਪਰ ਉਹਦੇ ਨੂੰ ਪਾਣੀ ਜਿਹੜਾ ਹੈ ਉਹ ਵੀ ਦੋਸਤਾਂ ਨਾਲ ਸ਼ੇਅਰ ਕਰਦਾ ਜਾਵਾਂ ਕਿ ਐਸ ਸਿੰਕਲਰ ਲੱਗੇ ਆ ਜੀ ਇਹਨਾਂ ਦੇ ਨਾਲ ਪਾਣੀ ਇਹਨੂੰ ਲਗਾਇਆ ਜਾਂਦਾ ਵਾ ਗੰਦਮ ਨੂੰ ਜੀ ਇਹ ਦੇਖ ਸਕਦੇ ਆ ਦੋਸਤ ਠੀਕ ਆ ਜੀ ਔਰ ਬਾਕੀ ਖਾਦ ਵਗੈਰਾ ਦਾ ਦੋਸਤਾਂ ਨਾਲ ਸੇਅਰ ਕਰਦੇ ਆ ਜੀ ਜੀ ਦੋਸਤੋ ਜਿਸ ਤਰ੍ਹਾਂ ਕਿਹਾ ਹੈ ਹਾਈਮੋਕੈਸਿਡ ਔਰ ਪੋਟਾਸ਼ ਦੇ ਅੰਦਰ ਦੋਨੋਂ ਚੀਜ਼ਾਂ ਹੈ ਇਹ 2 ਲੀਟਰ ਦੀ ਪੈਕਿੰਗ ਦੇ ਅੰਦਰ ਹੈ ਸਵਾਤ ਇੱਕ ਦੋ ਦਾ ਹੈ ਜੀ ਇਹ ਪਹਿਲੇ ਪਾਣੀ ਦੇ ਉੱਪਰ ਔਰ ਦੂਸਰੇ ਪਾਣੀ ਦੇ ਉੱਪਰ ਜਨਕਿ ਪਹਿਲੇ ਪਾਣੀ ਦੇ ਉੱਪਰ ਇੱਕ ਬੋਤਲ ਇਹ ਔਰ ਦੂਸਰੇ ਪਾਣੀ ਦੇ ਉੱਪਰ ਇੱਕ ਬੋਤਲ ਇਹ ਦੀ ਲਾਜ਼ਮੀ ਇਸਤੇਮਾਲ ਕਰੋ ਤਾਂ ਕਿ ਗੰਧਮ ਦੇ ਅੰਦਰ ਜਿਹੜਾ ਪਾਣੀ ਹੈ ਨਾ ਖੇਤ ਦੇ ਅੰਦਰ ਉਹ ਜ਼ਿਆਦਾ ਦੇਰ ਤੱਕ ਨਾ ਰੁਕੇਗਾ ਠੀਕ ਹੋ ਗਿਆ ਜੀ ਇਹ 4 ਲੀਟਰ ਜਿਹੜਾ ਹੈ ਇਹ ਪਰ ਏਕੜ ਦੇ ਵਿੱਚ ਤੁਸੀਂ ਇਸਤੇਮਾਲ ਕਰਨਾ ਵਾ 2 ਲੀਟਰ ਤੁਸੀਂ ਇੱਕ ਵਾਰ ਕਰ ਲਓ 2 ਲੀਟਰ ਤੁਸੀਂ ਇੱਕ ਵਾਰ ਕਰ ਲਓ ਇੱਕ ਇੱਕ ਏਕੜ ਦੇ ਵਿੱਚ ਅਗਰ ਤੁਸੀਂ 4 ਲੀਟਰ ਇਕੱਠਾ ਵੀ ਇਸਤੇਮਾਲ ਕਰਨਾ ਚਾਹੋਗੇ ਤਾਂ ਤਾਂ ਵੀ ਇਹਦੇ ਵਿੱਚ ਕੋਈ ਮਸਲਾ ਨਹੀਂ ਪੈਦਾ ਹੁੰਦਾ ਠੀਕ ਹੈ ਜੀ ਇਸੇ ਤਰ੍ਹਾਂ ਅਗਰ ਮੈਂ ਹੁਣ ਕਰਾਂ ਕਿ ਗੰਦ ਵਾਸਤੇ ਆਪਾਂ ਜਿਹੜਾ ਸਪਰੇਅ ਖਰੀਦਾ ਵਾ ਉਹਦੇ ਵਾਸਤੇ ਬਾਹਰ ਦੀ ਜਿਹੜੀ ਹੈ ਜੀ ਇਹਨੂੰ ਸਪਰੇਅ ਕਰਨਾ ਚਾਹੀਦਾ ਵਾ ਜੀ ਇਹਦੇ ਅੱچھے ਰਿਜ਼ਲਟ ਆ ਲੇਕਿਨ ਸਵਾਤ ਇੱਕ ਦੋ ਦੀ ਵੀ ਹੈ ਉਹਦੇ ਵੀ ਅੱچھے ਰਿਜ਼ਲਟ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਹੈ ਜਿਨ੍ਹਾਂ ਦੀਆਂ ਦਵਾਈਆਂ ਅੱਛੀਆਂ ਹੈ ਲੇਕਿਨ ਫਿਲਹਾਲ ਮੈਸੀ ਗੰਧਮ ਤੋਂ ਜਿਹੜੇ ਆ ਉਹ ਕਾਫੀ ਹੱਸੇ ਤੋਂ ਜਿਹੜੀ ਹੈ ਬਾਯਰ ਦੀ ਹੀ ਇਸਤੇਮਾਲ ਕਰਦੇ ਆ ਠੀਕ ਹੈ ਜੀ ਇਹਨੇ ਤੁਹਾਡੀ ਜਵੀ ਵਗੈਰਾ ਜਿਹੜੀ ਹੈ ਜਾਂ ਕੋਈ ਵੀ ਚੌਦੇ ਪੱਤੇ ਵਾਲੀ ਹੋਵੇ ਕੋਈ ਵੀ ਚੀਜ਼ ਜਾਨੀ ਕਿ ਇਹਦੇ ਨੇ ਨਾਲ ਜਿਹੜੀ ਆ ਉਹ ਫਸਲ ਦੇ ਅੰਦਰ ਨਹੀਂ ਹੋਏਗੀ ਠੀਕ ਹੈ ਜੀ ਇਹਦਾ ਡੱਬਾ ਜਿਹੜਾ ਹੈ ਇਹ ਵਲਾ ਜੀ ਇਹਦੇ ਅੰਦਰ ਇਹ ਦੋ ਹੁੰਦੀਆਂ ਵਾ ਜੀ ਇੱਕ ਇਹ ਵਾਲੀ ਬੋਤਲ ਔਰ ਇੱਕ ਇਹ ਪੈਕੇਟ ਦੇ ਅੰਦਰ ਹੁੰਦੀ ਹੈ ਜੀ ਔਰ ਇਸ ਤੋਂ ਇਲਾਵਾ ਤੁਸੀਂ ਆ ਬੈਕਟਰ ਸਪਰ ਵੀ ਲੈ ਲੰਨੀ ਨਾਲ ਇਹਦਾ ਦਾ ਸਪਰੇ ਜਿਹੜਾ ਵਾ ਮਿਕਸ ਕਰਕੇ ਤੁਸੀਂ ਸਪਰੇ ਕਰ ਦੇਣਾ ਵਾ ਇਹ ਗੰਧ ਵਾਸੇ ਸਪਰੇ ਹੋ ਗਿਆ ਜੀ ਉਸ ਤੋਂ ਬਾਅਦ ਵਿੱਚ ਜਦੋਂ ਤੁਹਾਡੀ ਗੰਨਮ ਜਿਹੜੀ ਹੈ ਉਹ ਨਿਸਰਨ ਤੇ ਆ ਜਾਵੇ ਉਸ ਟਾਈਮ ਕੋਸ਼ਿਸ਼ ਕਰੋ ਕਿ ਉਹਨੂੰ ਕਾਲੇ ਤੇਲੇ ਵਾਸਤੇ ਜਿਹੜੀ ਇਹਦਾ ਸਪਰੇ ਲਾਜ਼ਮੀ ਕਰੋ ਠੀਕ ਹੈ ਜੀ ਉਹਨੂੰ ਦੋ ਸਪਰੇਮਾਂ ਕਾਲੇ ਤੇਲੇ ਵਾਸਤੇ ਲਾਜ਼ਮੀ ਕਰੋ ਅਗਰ ਜਿਹੜੇ ਦੋਸਤ ਕਾਲੇ ਤੇਲ ਦੇ ਵਾਸਤੇ ਗੰਧਮ ਨੂੰ ਸਪਰੇਅ ਨਹੀਂ ਕਰਦੇ ਕਾਲਾ ਤੇਲਾ ਜਿਹੜਾ ਹੈ ਉਹਦਾ ਰਸ ਚੂਸਦਾ ਵਾ ਔਰ ਪੈਦਾਵਾਰ ਤੇ ਵੀ ਅਸਰ ਹੁੰਦਾ ਵਾ ਔਰ ਨਾਲ ਨਾਲ ਪੌਦੇ ਨੂੰ ਕਮਜ਼ੋਰ ਕਰਦਾ ਵਾ ਜਿਹਦੇ ਕਰਕੇ ਕਿ ਪਾਣੀ ਲੱਗਿਆ ਹੋਇਆ ਹੋਵੇ ਤਾਂ ਫਸਲ ਜਿਹੜੀ ਹੈ ਉਹ ਡਿਗਣ ਦਾ ਬਹੁਤ ਜ਼ਿਆਦਾ ਚਾਂਸ ਹੁੰਦੇ ਆ ਗੰਧਮ ਜੇ ਇਸ ਟਾਈਮ ਡਿਗ ਪੈਂਦੀ ਹੈ ਸਮਝ ਲਓ ਦੀ ਪੈਦਾਵਾਰ ਘਟ ਗਈ ਹੈ ਤਾਂ ਲਹਾਜ਼ਾ ਕਾਲੇ ਤੇਲੇ ਵਾਸਤੇ ਕੋਈ ਵੀ ਕਿਸੇ ਵੀ ਕੰਪਨੀ ਦੀ ਅੱਛੀ ਦਵਾਈ ਲੈ ਕੇ ਦੋ ਸਪਰੇਅ ਜਲੇ ਉਹ ਲਾਜ਼ਮੀ ਕੀਤੇ ਜਾਣ ਕਾਲੇ ਢੇਲੇ ਵਾਸਤੇ ਤੇ ਖਾਦ ਜਿਸ ਤਰ੍ਹਾਂ ਕਿ ਇੱਕ ਬੋਰੀ ਯੂਰੀਆ ਇਸਤੇਮਾਲ ਕਰਦੀ ਹੈ ਹੁਣ ਅਮੀਰਤ ਹੈ ਕਿ ਉਹਨੂੰ ਯੂਰੀਆ ਖਾਦ ਹੋ ਨਹੀਂ ਇਸਤੇਮਾਲ ਕਰਾਂਗੇ ਠੀਕ ਹੈ ਜੀ ਉਹਨੂੰ ਕੋਈ ਪोटाश ਜਿਹੜੀ ਹੈ ਸੋਲੋ ਨਾਮ ਦੇ ਉੱਤੇ ਪोटाश ਜਾਫਰ ਬਦਦਾਦੀ ਹੈ ਜਾਂ ਕਿਸੇ ਹੋਰ ਕੰਪਨੀ ਦੀ ਸੋਲੋ ਪोटाश ਦੇ ਨਾਮ ਤੇ ਜਿਹੜੀ ਹੈ ਉਹ ਇਸਤੇਮਾਲ ਕਰਾਂਗੇ ਉਹਨੂੰ ਇਹਦੇ ਨਾਲ ਹੀ ਦੋਸਤਾਂ ਕੋ اجازت ਚਾਹੁੰਦੇ ਆਂ ਜੀ ਅੱਲਾ ਹਾਫਿਜ਼ੀ